ਹਾਂਜੀ ਸਤਿ ਸ੍ਰੀ ਅਕਾਲ ਵੀਰੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੱਟਾਂ ਦਾ ਜਹਾਜ਼ ਦੇ ਵਿੱਚ ਸੋ ਸਭ ਤੋਂ ਪਹਿਲਾਂ ਦਾ ਲਾਲ ਬਟਨ ਦੇ ਕਰਕੇ ਕਲਿੱਕ ਆਪਣਾ ਚੈਨਲ ਕਰ ਲੋ ਸਬਸਕ੍ਰਾਈਬ ਨਾਲ ਹੀ ਘੰਟੀ ਦੇ ਬਟਨ ਦੇ ਕਲਿੱਕ ਜਰੂਰ ਕਰਨਾ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਤੇ ਜੁੜੇ ਰਹੋ ਇਸੇ ਤਰ੍ਹਾਂ ਆਪਣੇ ਚੈਨਲ ਦੇ ਨਾਲ ਥੈਂਕ ਯੂ ਵੈਰੀ ਮਚ ਹਾਂਜੀ ਸਤਿ ਸ੍ਰੀ ਅਕਾਲ ਵੀਰੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੱਟਾਂ ਦਾ ਜਹਾਜ਼ ਦੇ ਵਿੱਚ ਸੋ ਸਭ ਤੋਂ ਪਹਿਲਾਂ ਵੀਰੇ ਆਪਣਾ ਹੈਲਪ ਨੰਬਰ ਕੱਲੋ ਨੋਟ ਅੰਨੇਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਜੇ ਕਿਸੇ ਮਰੇ ਵੀਰ ਨੇ ਕੋਈ ਖੇਤੀ ਵਾਲਾ ਸੰਦ ਹਲ ਤਵੀਆਂ ਡੱਗ ਟਰਾਲੀ ਜਾਂ ਕੋਈ ਵੀ ਮਸ਼ੀਨਰੀ ਵੀਰੇ ਕਾਰ ਜੀਪ ਗੱਡੀ ਸੇਲ ਕਰਨੀ ਹੈ ਤਾਂ ਉਸ ਦੀਆਂ ਪੰਜ ਸੱਤ ਫੋਟੋਆਂ ਨਾਲ ਹੀ ਦਿਲੋਡੀ ਦੀ ਜਾਣਕਾਰੀ ਆਪਣੇ ਇਸ ਨੰਬਰ ਤੇ ਵਟਸਐਪ ਕਰ ਦਿਓ ਆਪਾਂ ਤੁਹਾਡੀ ਐਡ ਆਪਣੇ ਚੈਨਲ ਜਿੱਤਾਂ ਦੇ ਹਾਏ ਤੇ ਕਰ ਦੇਵਾਂਗੇ ਬਿਲਕੁਲ ਫ੍ਰੀ ਐਡ ਹੈ ਵੀਰੇ ਕੋਈ ਕਮਿਸ਼ਨ ਨਹੀਂ ਆਪਣਾ ਸੋ ਇੱਕ ਰਿਕੁਐਸਟ ਹੈ ਵੀ ਜੁਕ ਮੇਰਾ ਵੀਰ ਐਡ ਕਰਵਾਉਣ ਲਈ ਆਪਾਂ ਨੂੰ ਮਸ਼ੀਨਰੀ ਸੈਂਡ ਕਰੂਗਾ ਤਾਂ ਆਪਣੀ ਚੀਜ਼ ਦਾ ਜੋ ਰੇਟ ਹੈ ਪ੍ਰਾਈਸ ਹੈ ਉਹ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਰੱਖੋ ਤੇ ਸਹੀ ਜਾਣਕਾਰੀ ਦਿਓ ਵੀਰੇ ਸੋ ਵੀਰੇ ਬਹੁਤ ਜ਼ਿਆਦੇ ਵੀਰਾਂ ਦੀ ਕੰਪਲੇਂਟ ਆਉਂਦੀ ਹੈ ਮੈਸੇਜ ਆਉਂਦੇ ਨੇ ਕਮੈਂਟਸ ਆਉਂਦੇ ਨੇ ਵੀ ਵੀਡੀਓ ਦੇ ਵਿੱਚ ਰੇਟ ਜ਼ਿਆਦਾ ਰੱਖਿਆ ਗਿਆ ਸੋ ਉਸ ਦੇ ਰਿਗਾਰਡਿੰਗ ਦੱਸਣ ਲੱਗੇ ਆਂ ਜੋ ਕਿ ਵੀਡੀਓ ਦੇ ਵਿੱਚ ਰੇਟ ਰੱਖਿਆ ਗਿਆ ਹੁੰਦਾ ਉਹ ਸਿਰਫ ਮਾਲਕ ਵੀਰਾਂ ਵੱਲੋਂ ਰੱਖੀ ਗਈ ਇੱਕ ਡਿਮਾਂਡ ਹੁੰਦੀ ਹੈ ਜੋ ਪ੍ਰਾਈਸ ਮੌਕੇ ਦੇ ਘੱਟ ਹੋਵੇਗਾ ਮੌਕੇ ਦੇ ਡਿਸਕਾਊਂਟ ਕਰਨਗੇ ਵੀਰ ਸੋ ਜੇਕਰ ਮੇਰਾ ਵੀਰ ਚੀਜ਼ ਖਰੀਦਣ ਦਾ ਚਾਹਵਾਨ ਹੈ ਮਾਲਕ ਵੀਰਾਂ ਨਾਲ ਫੋਨ ਤੇ ਕਨੈਕਟ ਕਰਕੇ ਰੇਟ ਵਗੈਰਾ ਆਪਣਾ ਮਾਰਕੀਟ ਵੈਲਿਊ ਵਾਲਾ ਸੈੱਟ ਕਰਕੇ ਜੀ ਤੁਸੀਂ ਖਰੀਦ ਸਕਦੇ ਹੋ ਸੋ ਨਾਲੇ ਵੀਰੇ ਚੀਜ਼ ਖਰੀਦਣ ਵੇਲੇ ਪੇਪਰ ਵਗੈਰਾ ਜਰੂਰ ਵੈਰੀਫਾਈ ਕਰਿਆ ਕਰੋ ਥੈਂਕ ਯੂ ਵੀਰੇ ਸੋ ਅੱਜ ਵੀਰੇ ਆਪਾ ਤੁਹਾਡੇ ਲੈ ਕੇ ਆਏ ਆਂ ਛੇ ਚੀਜ਼ਾਂ ਨੇ ਸੇਲ ਲਈ ਆਪਣੇ ਕੋਲ ਪੰਜ ਗੱਡੀਆਂ ਨੇ ਵੀਰੇ ਇੱਕ ਟਰਾਲੀ ਹੈ ਗੱਡੀਆਂ ਦੇ ਵਿੱਚ ਆਪਣੇ ਕੋਲ ਮਰੂਤੀ 800 ਗੱਡੀ ਹੈ ਮਰੂਤੀ ਆਲਟੋ ਗੱਡੀ ਹੈ ਮਰੂਤੀ ਜੈਨ ਗੱਡੀ ਹੈ ਹੁੰਡਾਈ ਵਰਨਾ ਗੱਡੀ ਹੈ ਮਹਿੰਦਰਾ ਐਕਸਜੂ ਵੀ ਗੱਡੀ ਹੈ ਇਹ ਪੰਜ ਗੱਡੀਆਂ ਨੇ ਵੀਰੇ ਇੱਕ ਆਪਣੇ ਕੋਲ 18 ਫੁੱਟ ਦੀ ਟਰਾਲੀ ਹੈ ਸੋ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰ ਲੱਗੇ ਆਂ ਅਮਰੂਤੀ 800 ਬਰੇ ਅਮਰੂਤੀ 800 ਵੀਰੇ 1996 ਮਾਡਲ ਗੱਡੀ ਹੈ ਵਧੀਆ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ 96 ਮਾਡਲ ਹੈ ਵੀਰੇ ਗੱਡੀ ਦੀ ਕੰਡੀਸ਼ਨ ਬਿਲਕੁਲ ਓਕੇ ਹੈ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਚੱਲਦੀ ਹੈ 60 70 ਪੈਸੇ ਟਾਇਰ ਨੇ ਬੇਦਾਗ ਸਾਫ਼ ਸੁਥਰੇ ਵਧੀਆ オリジナル ਟਾਇਰ ਨੇ ਬਾਕੀ ਇੰਜਨ ਗੇਅਰ ਦੀ ਕੰਡੀਸ਼ਨ ਬਿਲਕੁਲ ਓਕੇ ਹੈ ਸਾਇਲੈਂਟ ਗੱਡੀ ਐ ਵੀਰੇ ਸਾਇਕਨ ਨੰਬਰ ਹੈ ਦੂਜੇ ਮਾਲਕ ਕੋਲ ਗੱਡੀ ਹੈ ਚੰਡੀਗੜ੍ਹ ਨੰਬਰ ਹੈ ਸਤੰਬਰ ਤੱਕ ਪਾਸਿੰਗ ਹੈ ਗੱਡੀ ਦੀ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ 23+ ਦੀ ਏਵਰੇਜ ਹੈ ਮਾਲਕ ਵੀਰਾਂ ਵੱਲੋਂ ਫੁੱਲ ਗਰੰਟੀ ਹੈ ਵੀਰੇ ਚਲਾ ਕੇ ਟੈਸਟ ਡਰਾਈਵ ਕਰਕੇ ਚੈੱਕ ਕਰਕੇ ਵੀ ਤੁਸੀਂ ਦੇਖ ਸਕਦੇ ਹੋ ਬਾਕੀ ਇੰਟੀਰੀਅਰ ਬਾਰੇ ਗੱਲ ਕਰੀਏ ਕੋਈ ਕਿਤੇ ਗਲੇਸ਼ੜੀ ਨਹੀਂ ਡੈਮੇਜ ਵਗੈਰਾ ਨਹੀਂ ਏਸੀ ਵੇਰੀਐਂਟ ਹੈ ਵੀਰੇ ਏਸੀ ਵਗੈਰਾ ਬਿਲਕੁਲ ਓਕੇ ਚੱਲਦਾ ਹੈ ਮਿਊਜ਼ਿਕ ਸਿਸਟਮ ਵਗੈਰਾ ਬਿਲਕੁਲ ਓਕੇ ਹੈ ਨਵੀਆਂ ਸੀਟਸ ਲੱਗੀਆਂ ਨੇ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਗੱਡੀ ਹੈ ਚੰਡੀਗੜ੍ਹ ਨੰਬਰ ਹੈ ਕੋਈ ਡੈਮੇਜ ਵਗੈਰਾ ਨਹੀਂ ਕੋਈ ਕਿਤੇ ਗਲਿਸੜੀ ਨਹੀਂ ਕੋਈ ਐਕਸੀਡੈਂਟਡ ਵਗੈਰਾ ਨਹੀਂ ਨਾਨ ਐਕਸੀਡੈਂਟਡ ਗੱਡੀ ਹੈ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਏਰੀਆ ਵੀਰੇ ਰੋਪੜੇ ਏਰੇ ਵੀਰਾਂ ਦਾ ਉੱਥੇ ਵੀਰਾਂ ਕੋਲੇ ਗੱਡੀ ਹੈ ਗੱਡੀ ਦੀ ਡਿਮਾਂਡ ਰੱਖੀ ਗਈ ਹੈ 30000 ਰੁਪਿਆ ਬਾਕੀ ਮੌਕੇ ਤੇ ਡਿਸਕਾਊਂਟ ਹੋ ਜਾਏਗਾ ਨੰਬਰਾਂ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਜਿੱਦਿਖ ਰਹੀ ਸਕਦੇ ਹੋ ਸੋ ਨਾਲੇ ਵੀਰੇ ਗੱਡੀ ਖਰੀਦਣ ਵੇਲੇ ਪੇਪਰ ਵਗੈਰਾ ਜਰੂਰ ਵੈਰੀਫਾਈ ਕਰੋ ਹਾਂਜੀ ਵੀਰੇ ਅਬਦਨ ਮਰੂਤੀ ਜਨ ਗੱਡੀ ਦਿਖਾ ਰਹੇ ਹਾਂ ਮਰੂਤੀ ਜਨ ਸਟੈਲੋ ਗ 2007 ਮਾਡਲ ਗੱਡੀ ਹੈ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਗੱਡੀ ਦੇ ਜੋ ਟਾਇਰ ਨੇ 70 80 ਪੈਸੇ ਟਾਇਰ ਨੇ ਬੇਦਾਗ ਸਾਫ਼ ਸੁਥਰੇ ਵਧੀਆ Ориジナル ਟਾਇਰ ਨੇ ਪ੍ਰਯੋਗਕੇ ਕੰਡੀਸ਼ਨ ਹੈ ਐਲ ਐਕਸ ਆਈ ਵੇਰੀਐਂਟ ਹੈ ਬਰੇ ਪਾਵਰ ਸਟੀਅਰਿੰਗ ਹੈ ਫਰੰਟ ਵਾਲੇ ਵਿੰਡੋਜ਼ ਪਾਵਰ ਨੇ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਗੱਡੀ ਚੱਲਦੀ ਹੈ ਬੰਪਰ ਤੋਂ ਬੰਪਰ ਸਾਰਾ Ориジナル ਰੰਗ ਪੇਂਟ ਹੈ ਹਲਕੇ ਫੁਲਕੇ ਮਾਈਨਰ ਸਕ੍ਰੈਚਸ ਨੇ ਬਾਕੀ ਕੋਈ ਮੇਜਰ ਐਕਸੀਡੈਂਟ ਨਹੀਂ ਡੈਮੇਜ ਨਹੀਂ ਕੋਈ ਡੈਂਟ ਨਹੀਂ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਗੱਡੀ ਹੈ ਸਾਫ਼ ਸੁਥਰਾ ਇੰਟੀਰੀਅਰ ਹੈ ਸੀਟ ਕਵਰ ਵਗੈਰਾ ਬਿਲਕੁਲ ਓਕੇ ਨੇ ਬਾਕੀ ਮਿਊਜ਼ਿਕ ਸਿਸਟਮ ਵਗੈਰਾ ਬਿਲਕੁਲ ਓਕੇ ਚੱਲਦਾ ਏਸੀ ਹੀਟਰ ਬਿਲਕੁਲ ਓਕੇ ਹੈ ਉਹੀ ਕੰਡੀਸ਼ਨ ਗੱਡੀ ਦੇ ਵਿੱਚ ਮਕੈਨੀਕਲ ਵਰਕ ਸਾਰਾ ਡਨ ਹੈ ਵੀਰੇ ਪੈਟਰੋਲ ਪਲੱਸ ਸੀਐਨਜੀ ਇੰਜਨ ਹੈ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਚੱਲਦੀ ਹੈ ਸੀਐਨਜੀ ਕਿੱਟ ਲੱਗੀ ਵੀ ਹੈ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਗੱਡੀ ਹੈ ਦਿੱਲੀ ਨੰਬਰ ਹੈ ਐਨਐਸ ਵੀਗੈਰਾ ਵੀਰ ਕਟਵਾ ਕੇ ਦੇਣਗੇ ਬਾਕੀ ਪੇਪਰ ਵਗੈਰਾ ਓਵਰਆਲ ਸਾਰੇ ਕੰਪਲੀਟ ਨੇ ਏਰੀਆ ਵੀਰੇ ਦਿੱਲੀ ਲੋਕੇਸ਼ਨ ਹੈ ਵੀਰਾਂ ਦੀ ਉੱਥੇ ਵੀਰਾਂ ਕੋਲੇ ਗੱਡੀ ਹੈ ਗੱਡੀ ਦੀ ਡਿਮਾਂਡ ਰੱਖੀ ਗਈ ਹੈ 65000 ਰੁਪਿਆ ਬਾਕੀ ਮੌਕੇ ਤੇ ਡਿਸਕਾਊਂਟ ਹੋ ਜਾਏਗਾ ਨੰਬਰ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਦੇਖ ਲਈ ਸਕਦੇ ਹੋ ਸੋ ਨਾਲ ਹੀ ਵੀਰੇ ਗੱਡੀ ਖਰੀਦਣ ਵੇਲੇ ਪੇਪਰ ਵਗੈਰਾ ਜਰੂਰ ਵੈਰੀਫਾਈ ਕਰੋ ਹਾਂਜੀ ਵੀਰੇ ਆਪਾਂ ਇਹਨੂੰ ਟਰਾਲੀ ਦਿਖਾ ਰਹੇ ਹਾਂ 18.2 7 ਫੁੱਟ ਦੀ ਟਰਾਲੀ ਹੈ ਵੀਰੇ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ 2020 ਚ ਬਣੀ ਵੀ ਟਰਾਲੀ ਹੈ 2020 ਦੇ ਲਾਸਟ ਚ ਬਣੀ ਵੀ ਹੈ ਪੂਰੀ ਹੈਵੀ ਕੁਆਲਿਟੀ ਦੀ ਟਰਾਲੀ ਬਣੀ ਵੀ ਹੈ ਟਰਾਲੀ ਦੇ ਟਾਇਰ ਨੇ 50 55 ਪੈਸੇ ਟਾਇਰ ਨੇ ਬੇਦਾਗ ਸਾਫ ਸੁਥਰੇ ਵਧੀਆ オリジナル ਦੋਨੋਂ ਜੋੜੀਆਂ ਟਾਇਰ ਨੇ ਬੀਲ ਕੱਪ ਵਗੈਰਾ ਲੱਗੇ ਹੋਏ ਨੇ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ 2020 ਦੇ ਲਾਸਟ ਚ ਬਣੀ ਵੀ ਹੈ ਵੀਰੇ ਕੋਈ ਗਲੀ ਸੜੀ ਨਹੀਂ ਕਿਤੇ ਕੋਈ ਡੈਮੇਜ ਵਗੈਰਾ ਨਹੀਂ ਬਾਕੀ ਫਰਸ਼ ਚਾਦਰ ਦੀ ਕੰਡੀਸ਼ਨ ਬਿਲਕੁਲ ਓਕੇ ਹੈ ਪੂਰੀ ਹੈਵੀ ਕੁਆਲਿਟੀ ਦਾ ਫਰਸ਼ ਚਾਦਰ ਲੱਗਿਆ ਹੋਇਆ ਵੀਰੇ 2 ਫੁੱਟ ਬਾੜੀ ਹੈ 2.5 ਫੁੱਟ ਬਿੱਡਾ ਬਿੱਡ ਦੇ ਉੱਪਰ ਅੱਧੇ ਫੁੱਟ ਤੇ ਪਿਛੋਂ ਉਪਰੀ ਵਾਲੀ ਪਾਈਪ ਲੱਗੀ ਵੀ ਹੈ ਪੂਰੀ ਹੈਵੀ ਕੁਆਲਿਟੀ ਦਾ ਬਿੱਡਾ ਹੈ ਕੋਈ ਕਮੀ ਨਹੀਂ پیشن ਟਰਾਲੀ ਦੇ ਵਿੱਚ ਬਾਕੀ ਡੀ ਲਕਸ ਮੋਡੂਲਰ ਟੋਟਲ ਅਕਸੈਸਰੀ ਲੱਗੀ ਵੀ ਹੈ ਅਕਸੈਸਰੀ ਦੇ ਵਿੱਚ ਵੀਰੇ ਪਾਣੀ ਵਾਲੀ ਟੈਂਕੀ ਮੰਝਾ ਗਿੰਤੀਆਂ ਬੇਲ ਤੇ ਰਸਾ ਟੈਟ ਕਰਨ ਵਾਲਾ ਸਿਸਟਮ ਰਸਾ ਇਕੱਠਾ ਕਰਨ ਵਾਲਾ ਸਿਸਟਮ ਉਲਾ ਟਰਾਲੀ ਤੇ ਜੈਕ ਲੱਗਿਆ ਹੋਇਆ LED ਲਾਈਟਸ ਲੱਗੀਆਂ ਨੇ ਪੂਰੀ ਹੈਵੀ ਕੁਆਲਿਟੀ ਦੀ ਟਰਾਲੀ ਹੈ ਵੀਰੇ ਵਧੀਆ ਕੁਆਲਿਟੀ ਦਾ ਰੰਗ ਪੇਂਟ ਹੋਇਆ ਹੋਇਆ ਪੂਰੀ ਓਕੇ ਕੰਡੀਸ਼ਨ ਵਿੱਚ ਹੈ ਬਾਕੀ 10 ਨਾਟੀ ਹੱਬ ਹੈ ਰੇਲ ਦਾ オリジナル ਧੋਰਾ ਲੱਗਿਆ ਹੋਇਆ 10 ਇੰਚੀ ਚਾਸੀ ਹੈ ਪੂਰੀ ਹੈਵੀ ਕੁਆਲਿਟੀ ਦੀ ਟਰਾਲੀ ਹੈ ਵਧੀਆ ਰੰਗ ਪੇਂਟ ਹੋਇਆ ਹੋਇਆ ਬਾਕੀ ਫਰਸ਼ ਚਾਦਰ ਦੀ ਕੰਡੀਸ਼ਨ ਬਿਲਕੁਲ ਓਕੇ ਹੈ ਏਰੀਆ ਵੀਰੇ ਹੁਸ਼ਿਆਰਪੁਰ ਏਰੀਆ ਵੀਰਾਂ ਦਾ ਉੱਥੇ ਵੀਰਾਂ ਕੋਲੇ ਟਰਾਲੀ ਐ ਟਰਾਲੀ ਦੀ ਡਿਮਾਂਡ ਰੱਖੀ ਗਿਆ 2,70,000 ਰੁਪਿਆ ਬਾਕੀ ਮੌਕੇ ਤੇ ਡਿਸਕਾਊਂਟ ਹੋ ਜੀਗਾ ਨੰਬਰਾਂ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਐ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਟਰਾਲੀ ਹਾਂਜੀ ਵੀਰੇ ਅਬਦਨ ਅਮਰੂਤੀ ਆਲਟੋ ਗੱਡੀ ਦਿਖਾਈ ਰਹੀ ਐ ਅਮਰੂਤੀ ਆਲਟੋ 800 ਗੱਡੀ ਐ ਵੀਰੇ ਐਲ ਐਕਸ ਆਈ ਵੇਰੀਐਂਟ ਐ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਗੱਡੀ ਐ 2017 ਮਾਡਲ ਐ ਗੱਡੀ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਚੱਲਦੀ ਐ 25000 ਕਿਲੋਮੀਟਰ ਗੱਡੀ ਚੱਲੀ ਵੀ ਹੈ Ориジナル ਚੱਲੀ ਹੈ ਸੀਲਡ ਇੰਜਨ ਗੇਅਰ ਹੈ ਸਰਵਿਸ ਵਗੈਰਾ ਹੋਈ ਵੀ ਹੈ ਚਲਾ ਕੇ ਟੈਸਟ ਡਰਾਈਵ ਕਰਕੇ ਚੈੱਕ ਕਰਕੇ ਕਿਤੇ ਤੁਸੀਂ ਦੇਖ ਸਕਦੇ ਹੋ ਏਜੰਸੀ ਰਿਕਾਰਡ ਹੈ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਬੰਪਰ ਤੋਂ ਬੰਪਰ ਸਾਰਾ Ориジナル ਰੰਗ ਪੇਂਟ ਹੈ ਕੋਈ ਡੈਮੇਜ ਨਹੀਂ ਕੋਈ ਇਡੈਂਟ ਨਹੀਂ ਕੋਈ ਐਕਸੀਡੈਂਟ ਨਹੀਂ ਬੈਲ ਮੇਨਟੇਨਡ ਹੈ ਗੱਡੀ ਕਿਤੇ ਸਿੰਗਲ ਸਕਰੈਚ ਤੱਕ ਨਹੀਂ ਲੱਗਿਆ ਹੋਇਆ ਇੱਕਦਮ ਸ਼ੋਅਰੂਮ ਕੰਡੀਸ਼ਨ ਦੇ ਵਿੱਚ ਹੈ Ориジナル ਪਾਰਟਸ ਨੇ ਸਾਰੇ ਇੰਟੀਰੀਅਰ ਬਾਰੇ ਗੱਲ ਕਰੀਏ ਸਾਰਾ Ориジナル ਇੰਟੀਰੀਅਰ ਹੈ ਵੀਰੇ ਸੀਟ ਕਵਰ ਵਗੈਰਾ ਮੈਟਿੰਗ ਵਗੈਰਾ 뮤직 ਸਿਸਟਮ ਏਸੀ ਹੀਟਰ ਵਗੈਰਾ ਸਭ ਓਕੇ ਕੰਡੀਸ਼ਨ ਦੇ ਵਿੱਚ ਹੈ ਕੋਈ ਕਮੀ ਪੇਸ਼ ਨਹੀਂ ਕੀਤੀ ਦੇ ਵਿੱਚ ਆਲ オリジナル ਇੰਟੀਰੀਅਰ ਹੈ ਬਾਕੀ ਆਊਟਰ ਲੋਕ ਗੱਡੀ ਦੀ ਬਿਲਕੁਲ ਸਾਫ ਸੁਥਰੀ ਹੈ ਕੋਈ ਕਮੀ ਪੇਸ਼ ਨਹੀਂ ਕੀਤੀ ਦੇ ਵਿੱਚ ਪੰਜਾਬ ਨੰਬਰ ਹੈ ਪੇਪਰ ਵਗੈਰਾ ਸਾਰੇ ਕੰਪਲੀਟ ਨੇ ਇੰਸ਼ੋਰੈਂਸ ਵਗੈਰਾ ਪ੍ਰਦੂਸ਼ਨ ਵਗੈਰਾ ਸਭ ਓਕੇ ਕੰਡੀਸ਼ਨ ਦੇ ਵਿੱਚ ਹੈ ਏਰੀਆ ਵੀਰੇ ਫਿਰੋਜ਼ਪੁਰ ਏਰੀਆ ਵੀਰਾਂ ਦਾ ਉੱਥੇ ਵੀਰਾਂ ਕੋਲੇ ਗੱਡੀ ਹੈ ਗੱਡੀ ਦੀ ਡਿਮਾਂਡ ਰੱਖੀ ਹੈ 2,75,000 ਰੁਪਿਆ ਬਾਕੀ ਮੌਕੇ ਦਾ ਡਿਸਕਾਊਂਟ ਹੋ ਜਿਗਾ ਨੰਬਰਾਂ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਗੱਡੀ ਖਰੀਦ ਸਕਦੇ ਹੋ ਸੋ ਨਾਲੇ ਵੀਰੇ ਇਸ ਗੱਡੀ ਦੇ ਉੱਪਰ ਇੱਕ ਸਪੈਸ਼ਲ ਆਫਰ ਹੈ ਜੇ ਕੋਈ ਆਪਣਾ ਜੱਟਾਂ ਦੇ ਜਹਾਜ਼ ਦਾ ਸਬਸਕ੍ਰਾਈਬਰ ਹੈ ਗੱਡੀ ਨੂੰ ਖਰੀਦਣ ਜਾਂਦਾ ਹੈ ਤਾਂ ਉਹਦੇ ਲਈ ਐਕਸਟਰਾ 5000 ਰੁਪਏ ਸਪੈਸ਼ਲ ਡਿਸਕਾਊਂਟ ਮਿਲੇਗਾ ਵੀਰੇ ਸੋ ਕਨੈਕਟ ਨੰਬਰ ਤੁਹਾਨੂੰ ਦਿੱਤਾ ਹੋਇਆ ਇਸ ਨੰਬਰ ਤੇ ਕਾਲ ਕਰਕੇ ਵੀਦੇ ਜਾਣਕਾਰੀ ਲੈ ਕੇ ਗੱਡੀ ਖਰੀਦ ਸਕਦੇ ਹੋ ਥੈਂਕ ਯੂ ਵੀਰੇ ਹਾਂਜੀ ਵੀਰੇ ਆਪਾਂ ਜਿਹਨਾਂ ਹੁੰਡਾਏ ਵਰਨਾ ਗੱਡੀ ਦਿਖਾ ਰਹੇ ਹਾਂ ਹੁੰਡਾਏ ਵਰਨਾ ਹੈ ਵੀਰੇ 2007 ਮਾਡਲ ਗੱਡੀ ਹੈ ਡੀਜ਼ਲ ਵੇਰੀਐਂਟ ਦੇ ਵਿੱਚ 2007 ਮਾਡਲ ਹੈ ਵੀਰੇ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਗੱਡੀ ਦੇ ਜੋ ਟਾਇਰ ਨੇ 60 70 ਪੈਸੇ ਟਾਇਰ ਨੇ ਬੇਦਾਗ ਸਾਫ ਸੁਥਰੇ ਵਧੀਆ origignal ਟਾਇਰ ਨੇ ਪੂਰੀ ਓਕੇ ਕੰਡੀਸ਼ਨ ਹੈ ਸਾਫ ਸੁਥਰਾ ਰੰਗ ਪਿੰਡ ਹੈ ਵੀਰੇ ਕੋਈ ਡੈਮੇਜ ਨਹੀਂ ਕੋਈ ਡੈਂਟ ਨਹੀਂ ਕੋਈ ਐਕਸੀਡੈਂਟ ਨਹੀਂ ਨਾਨ ਐਕਸੀਡੈਂਟਲ ਗੱਡੀ ਹੈ ਹਲਕੇ ਫੁਲਕੇ ਮਾਈਨਰ ਸਕ੍ਰੈਚਸ ਨੇ ਬਾਕੀ ਬਿਲ ਮੇਨਟੇਨਡ ਹੈ ਗੱਡੀ ਕੋਈ ਮੇਜਰ ਐਕਸੀਡੈਂਟ ਵਗੈਰਾ ਨਹੀਂ ਕੋਈ ਡੈਮੇਜ ਵਗੈਰਾ ਨਹੀਂ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਗੱਡੀ ਚੱਲਦੀ ਹੈ ਚਲਾ ਕੇ ਟੈਸਟ ਡਰਾਈਵ ਕਰਕੇ ਚੈੱਕ ਕਰਕੇ ਤੁਸੀਂ ਦੇਖ ਸਕਦੇ ਹੋ ਇੰਜਨ ਗੇਅਰ ਦੀ ਕੰਡੀਸ਼ਨ ਬਿਲਕੁਲ ਓਕੇ ਹੈ ਮਕੈਨੀਕਲ ਵਰਕ ਸਾਰਾ ਡਨ ਹੈ ਕੋਈ ਐਕਸਟਰਾ ਨੌਇਸ ਵਗੈਰਾ ਨਹੀਂ ਸਾਇਲੈਂਟ ਇੰਜਨ ਗੇਅਰ ਹੈ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਪੰਜਾਬ ਨੰਬਰ ਹੈ ਵੀਰੇ ਵੀਆਈਪੀ ਨੰਬਰ ਹੈ ਪੇਪਰ ਵਗੈਰਾ ਸਾਰੇ ਕੰਪਲੀਟ ਨੇ ਅੰਟੀਰੀਅਰ ਵਰ ਗੱਲ ਕਰੀਏ ਬਦਿਆ ਟੌਪ ਕਲਾਸ ਦੇ ਸੀਟ ਕਵਰ ਵਗੈਰਾ ਲੱਗੇ ਨੇ ਮੈਟਿੰਗ ਹੋਈ ਵੀ ਹੈ ਮਿਊਜ਼ਿਕ ਸਿਸਟਮ ਐਸ 800 ਕਲੌਕ ਚੱਲਦਾ ਹੈ ਬਾਕੀ ਸਾਰੇ ਫੀਚਰਸ ਵਰਕਿੰਗ ਨੇ ਪਾਵਰ ਸਟੀering ਹੈ ਪਾਵਰ ਵਿੰਡੋਜ਼ ਹੈ ਡੀਜ਼ਲ ਵੇਰੀਐਂਟ ਦੇ ਵਿੱਚ ਗੱਡੀ ਹੈ ਪੂਰੀ ਓ ਏਰੀਆ ਵੀਰੇ ਸ਼੍ਰੀ ਅੰਮ੍ਰਿਤਸਰ ਸਾਹਿਬ ਏਰੀਆ ਵੀਰਾਂ ਦਾ ਉੱਥੇ ਵੀਰਾਂ ਕੋਲੇ ਗੱਡੀ ਹੈ ਗੱਡੀ ਦੀ ਡਿਮਾਂਡ ਰੱਖੀ ਗਈ 1,60,000 ਰੁਪਿਆ ਬਾਕੀ ਮੌਕੇ ਤੇ ਡਿਸਕਾਊਂਟ ਹੋ ਜਾਏਗਾ ਨੰਬਰਾਂ ਹੇਠਾਂ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਗੱਡੀ ਖਰੀਦ ਸਕਦੇ ਹੋ ਸੋ ਨਾਲ ਹੀ ਵੀਰੇ ਗੱਡੀ ਖਰੀਦਣ ਵੇਲੇ ਪੇਪਰ ਵਗੈਰਾ ਜਰੂਰ ਵੈਰੀਫਾਈ ਕਰੋ ਹਾਂਜੀ ਵੀਰੇ ਆਪਾਂ ਤੁਹਾਨੂੰ ਮਹਿੰਦਰਾ ਐਕਸ ਜੋ ਵੀ ਗੱਡੀ ਦਿਖਾ ਰਹੇ ਹਾਂ ਮਹਿੰਦਰਾ ਐਕਸ ਜੋ ਵੀ 500 ਗੱਡੀ ਹੈ ਵੀਰੇ 2013 ਮਾਡਲ 2013 ਮਾਡਲ ਹੈ ਡਬਲ ਏਟ ਵਰਜਨ ਹੈ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਕੱਟਦੇ ਹੋ ਟਾਇਰ ਨੇ 90 95 ਪੈਸੇ ਟਾਇਰ ਨੇ ਬੇਦਾਗ ਸਾਫ ਤੇ ਵਧੀਆ Ориਜినਲ ਨਵੇਂ ਟਾਇਰ ਨੇ ਨਵੇਂ ਅਲੌਏ ਵੀ ਲੱਗੇ ਹੋਏ ਨੇ ਵਧੀਆ ਕੁਆਲਿਟੀ ਦੇ ਹੈਵੀ ਨਵੇਂ ਅਲੌਏ ਵੀ ਲੱਗੇ ਨੇ ਪੱਕੀ ਓਵਰਾਲ ਕੰਡੀਸ਼ਨ ਗੱਡੀ ਦੀ ਬਿਲਕੁਲ ਓਕੇ ਹੈ ਬੰਪਰ ਟੂ ਬੰਪਰ ਸਾਰਾ Ориਜినਲ ਰੰਗ ਪੇਂਟ ਹੈ ਕੋਈ ਡੈਮੇਜ ਨਹੀਂ ਕੋਈ ਡੈਂਟ ਨਹੀਂ ਕੋਈ ਐਕਸੀਡੈਂਟ ਨਹੀਂ ਹਲਕੇ ਫੁਲਕੇ ਮਾਈਨਰ ਸਕ੍ਰੈਚਸ ਨੇ ਬਾਕੀ ਬੈਲ ਮੇਨਟੇਨਡ ਗੱਡੀ ਹੈ ਪ੍ਰਯੋਗਕ ਕੰਡੀਸ਼ਨ ਦੇ ਵਿੱਚ ਚੱਲਦੀ ਹੈ 90000 ਕਿਲੋਮੀਟਰ ਗੱਡੀ ਚੱਲੀ ਵੀ ਹੈ Ориਜినਲ ਚੱਲੀ ਹੈ ਇੰਜਨ ਗੇਅਰ ਦੀ ਕੰਡੀਸ਼ਨ ਬਿਲਕੁਲ ਓਕੇ ਵੀਰੇ ਸਾਇਲੈਂਟ ਇੰਜਨ ਗੇਰ ਹੈ ਸਰਵਿਸ ਵਗੈਰਾ ਹੋਈ ਵੀ ਹੈ ਕੋਈ ਐਕਸਟਰਾ ਨੌਇਸ ਵਗੈਰਾ ਨਹੀਂ ਪ੍ਰੋਪਰਲੀ ਵਰਕ ਕਰਦਾ ਇੰਜਨ ਗੇਰ ਪੂਰੀ ਓਕੇ ਕੰਡੀਸ਼ਨ ਹੈ ਪੰਜਾਬ ਨੰਬਰ ਹੈ ਪੇਪਰ ਕੰਪਲੀਟ ਨੇ ਇੰਟੀਰੀਅਰ ਗੱਡੀ ਦਾ ਬਿਲਕੁਲ ਸਾਫ ਸੁਥਰਾ ਹੈ ਲਗਜ਼ਰੀ ਇੰਟੀਰੀਅਰ ਹੈ ਵੀਰੇ ਸੀਟ ਕਵਰ ਵਗੈਰਾ ਮੈਟਿੰਗ ਵਗੈਰਾ 뮤직 ਸਿਸਟਮ AC ਹੀਟਰ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਓਵਰ ਆਲ ਗੱਡੀ ਹੈ ਬਾਕੀ ਸਾਰੇ ਫੀਚਰਸ ਵਰਕਿੰਗ ਨੇ ਪਾਵਰ ਗੱਡੀ ਹੈ ਸਾਰੀ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਚੱਲਦੀ ਹੈ ਪੰਜਾਬ ਨੰਬਰ ਹੈ ਪੇਪਰ ਕੰਪਲੀਟ ਨੇ ਏਰੀਆ ਬਰੇ ਮਲੇਰ ਕੋਟਲਾ ਏਰੀਆ ਵੀ ਰੰਦਾ ਉੱਥੇ ਵੀਰਾਂ ਕੋਲੇ ਗੱਡੀ ਹੈ ਗੱਡੀ ਦੀ ਡਿਮਾਂਡ ਰੱਖੀ ਹੈ 6,50,000 ਰੁਪਇਆ ਬਾਕੀ ਮੌਕੇ ਦਾ ਡਿਸਕਾਊਂਟ ਹੋ ਜਾਏਗਾ ਨੰਬਰ ਆ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਗੱਡੀ ਦੇਖ ਲਈ ਸਕਦੇ ਹੋ ਸੋ ਨਾਲੇ ਵੀਰੇ ਗੱਡੀ ਖਰੀਦਣ ਵੇਲੇ ਪੇਪਰ ਵਗੈਰਾ ਜਰੂਰ ਵੈਰੀਫਾਈ ਕਰੋ ਥੈਂਕ ਯੂ ਵੀਰੇ ਸੋ ਥੈਂਕ ਯੂ ਵੀਰੇ ਜਿਹੜੇ ਵੀਰ ਆਪਣੇ ਚੈਨਲ ਜੱਟਾਂ ਦੇ ਜਹਾਜ਼ ਨਾਲ ਜੁੜੇ ਹੋਏ ਨੇ ਸਾਰੇ ਵੀਰਾਂ ਦਾ ਦਿਲੋਂ ਧੰਨਵਾਦ ਹੈ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਨਾਲ ਰਿਕਵੈਸਟ ਹੈ ਵੀ ਆਪਣਾ ਚੈਨਲ ਨਾਲੀ ਕੰਡੀ ਦੇ ਬਟਨ ਦੇ ਕਲਿੱਕ ਜ਼ਰੂਰ ਕਰਨਾ ਵੀਰੇ ਤਾਂ ਜੋ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ। ਸੋ ਉਮੀਦ ਕਰਦਾ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ। ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ। ਨਾਲ ਹੀ ਕਮੈਂਟ ਬਾਕਸ ਦੇ ਵਿੱਚ ਆਪੋ ਆਪ ਦੀ ਕੀਮਤੀ ਸੁਝਾਅ ਸਾਨੂੰ ਜ਼ਰੂਰ ਦਿਓ। ਤਾਂ ਜੋ ਜੇ ਕੋਈ ਕਮੀ ਪਿੱਛੇ ਰਹਿੰਦੀ ਹੈ ਤਾਂ ਸਾਨੂੰ ਪਤਾ ਚੱਲ ਸਕੇ ਤੇ ਅਸੀਂ ਆਉਣ ਵਾਲੀ ਵੀਡੀਓ ਦੇ ਵਿੱਚ ਸੁਧਾਰ ਕਰਕੇ ਤੁਹਾਡੇ ਲਈ ਚੰਗੇ ਤੋਂ ਚੰਗੇ ਅਗਲੀ ਵੀਡੀਓ ਬਣਾ ਕੇ ਆ ਸਕੀਏ। ਸੋ ਉਮੀਦ ਕਰਦੇ ਹਾਂ ਵੀਰੇ ਇਹਨਾਂ ਚੀਜ਼ਾਂ ਦੇ ਉੱਤੇ ਜ਼ਰੂਰ ਗੌਰ ਕਰੋਗੇ। ਸੋ ਕਿ ਰਗਸਟੋਪ ਨੇ ਉਹ ਵੀਰ ਨੂੰ ਆਂ ਜੋ ਆਪਣਾ ਐਡ ਕਰਵਾਉਣੇ ਮਸ਼ੀਨਰੀ ਸੈਂਡ ਕਰਦੇ ਨੇ ਸੋ ਪਲੀਜ਼ ਵੀਰੇ ਰਿਕੁਐਸਟ ਹੈ ਜੋ ਕੋ ਮੇਰਾ ਵੀਰ ਐਡ ਕਰਵਾਉਣ ਲਈ ਆਪਣਾ ਮਸ਼ੀਨਰੀ ਸੈਂਡ ਕਰਦਾ ਹੈ ਤਾਂ ਆਪਣੀ ਚੀਜ਼ ਦਾ ਜੋ ਰੇਟ ਹੈ ਪ੍ਰਾਈਸ ਹੈ ਉਹ ਮਾਰਕੀਟ ਵੈਲਿਊ ਦੇ ਸਾਬ ਨਾਲ ਰੱਖਿਆ ਕਰੋ ਤੇ ਸਹੀ ਜਾਣਕਾਰੀ ਦਿਓ ਕਰੋ ਕਿਉਂਕਿ ਵੀਰੇ ਰੇਟ ਬਾਰੇ ਬਹੁਤ ਮੈਸੇਜ ਆਉਂਦੇ ਨੇ ਬਹੁਤ ਕਾਲਸ ਆਉਂਦੀਆਂ ਨੇ ਵੀ ਰੇਟ ਵੀਡੀਓ ਦੇ ਵਿੱਚ ਜਿਆਦਾ ਰੱਖਿਆ ਜਾਂਦਾ ਸੋ ਵੀਰੇ ਰਿਕੁਐਸਟ ਹੈ ਚੀਜ਼ਾਂ ਦਾ ਰੇਟ ਉਹੀ ਰੱਖੋ ਜਿਹੜਾ ਮਾਰਕੀਟ ਵੈਲਿਊ ਸਾਬ ਨਾਲ ਤੁਹਾਡੀ ਚੀਜ਼ ਦਾ ਬੰਦਾ ਹੈ ਅਗਰ ਕਿਸੇ ਮੇਰੇ ਵੀਰ ਨੂੰ ਰੇਟ ਬਾਰੇ ਪ੍ਰੋਬਲਮ ਹੈ ਆਪਣੇ ਨਾਲ ਵਟਸਐਪ ਤੇ ਕਨ ਨੰਬਰ ਦੋ ਵੀਰੇ ਕਈ ਮੇਰੇ ਵੀਰ ਫੇਕ ਜਾਣਕਾਰੀ ਦਿੰਦੇ ਨੇ ਐਕਸੀਡੈਂਟਲ ਗੱਡੀਆਂ ਨੂੰ ਟੱਚੀਆਂ ਵਾਲੀਆਂ ਗੱਡੀਆਂ ਨੂੰ origignal ਦੱਸ ਕੇ ਐਡ ਕਰਵਾ ਲੈਂਦੇ ਨੇ ਜਦੋਂ ਕੋਈ ਵੀਰ ਖਰੀਦਣ ਲਈ ਉਹਨਾਂ ਕੋਲ ਵਿਜ਼ਿਟ ਕਰਦਾ ਜਾਂਦਾ ਵੀਰੇ ਉਦੋਂ ਬਿਲਕੁਲ ਉਲਟ ਜਾਣਕਾਰੀ ਮਿਲਦੀ ਹੈ ਸੋ ਜੋ ਕੋਈ ਵੀਰ ਤੁਹਾਡੇ ਕੋਲ ਵਿਜ਼ਿਟ ਕਰਦੇ ਨੇ ਵੀਰੇ ਉਹਨਾਂ ਦਾ ਟਾਈਮ ਤੇ ਪੈਸਾ ਦੋਨੋਂ 베ਸਟ ਹੁੰਦੇ ਨੇ ਸੋ ਇਹਨਾਂ ਚ ਜਦੋਂ ਵਜੋਂ ਜਾਣਕਾਰੀ ਉਹੀ ਦਿਓ ਜਿਹੜੀ ਤੁਹਾਡੀ ਚੀਜ਼ ਬਾਰੇ ਸਹੀ ਜਾਣਕਾਰੀ ਹੈ ਕਿਉਂਕਿ ਵੀਰੇ ਫੇਕ ਜਾਣਕਾਰੀ ਦੇਣ ਕਰਨਾ ਦਾ ਚੀਜ਼ਾਂ ਸੇਲ ਹੁੰਦੀਆਂ ਨੇ ਤੇ ਉਸ ਚੀਜ਼ ਦਾ ਆਪਣੇ ਚੈਨਲ ਤੇ ਵੀ ਨੈਗੇਟਿਵ ਪ੍ਰਭਾਵ ਪੈਂਦਾ ਹੈ ਲੋਕੇਸ਼ਨ ਵਗੈਰਾ ਆਪਣੀ ਟ੍ਰੇਸੇਬਲ ਦੱਸੋ ਮੈਪ ਵਗੈਰਾ ਤੇ ਜੋ ਸਰਚ ਕਰਕੇ ਵੀਰ ਤੁਹਾਡੇ ਕੋਲ ਆਸਾਨੀ ਨਾਲ ਵਿਜ਼ਿਟ ਕਰ ਸਕਣ ਫੋਨ ਨੰਬਰ ਵਗੈਰਾ ਆਪਣਾ ਉਹ ਦਿਓ ਜਿਹੜਾ ਤੁਸੀਂ ਰੈਗੂਲਰ ਯੂਜ਼ ਕਰਦੇ ਹੋ ਲੋਕੇਸ਼ਨ ਟ੍ਰੇਸੇਬਲ ਦੱਸੋ ਸੋ ਉਮੀਦ ਕਰਦੇ ਹਾਂ ਵੀਰੇ ਇਹਨਾਂ ਚੀਜ਼ਾਂ ਨੂੰ ਤੁਸੀਂ ਜ਼ਰੂਰ ਕਾਰ ਕਰੋਗੇ ਸਪੋਰਟ ਕਰੋਗੇ ਸਾਥ ਦੇਵੋਗੇ ਜੁੜੇ ਰਹੋਗੇ ਆਪਣੇ ਚੈਨਲ ਜਟਨ ਜਹਾਦ ਨਾਲ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਤਾਂ ਕਿ ਵੀਡੀਓ ਅੱਗੇ ਵੀ ਕਿਸਾਨ ਵੀਰਾਂ ਕੋਲੇ ਪਹੁੰਚਦੀ ਰਵੇ ਤੇ ਆਪਣੇ ਹਰੇਕ ਵੀਰ ਨੂੰ ਮਸ਼ੀਨਰੀ ਖਰੀਦਣ ਦੇ ਵਿੱਚ ਮਦਦ ਮਿਲ ਸਕੇ ਥੈਂਕ ਯੂ ਵੀਰੇ